ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਜ ਹਨ, ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੀ, ਅੱਜ ਆਪਣੀ ਵਿਜਿਟ ਹੈਗੀ ਆ ਪਿੰਡ ਬਹਾਦਰਪੁਰ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਅੱਜ ਬਾਈਆਂ ਕੋਲ 10-11 ਲੱਖ ਬਾਅਦ ਝੋਟੀਆਂ ਸੇਲ ਹੈ ਜੀ। ਮੋਹਰਾ ਝੋਟੀਆਂ ਵੀ ਹੈਗੀਆਂ, ਨਾਲ ਨੀਲੀ ਦੀ ਵੀ ਆ ਅਤੇ ਨਾਲ ਗਾਂ ਵੀ ਆ। ਚੰਗੇ ਚੰਗੇ ਕੁਆਲਿਟੀ ਦੇ ਪੀਸ ਲੈ ਕੇ ਆਉਂਦੇ ਬਾਈ ਹੋਣੀ, ਹਰਿਆਣੇ ਤੋਂ ਸਾਰਾ ਮਾਲ ਆਉਂਦਾ ਜੀ। ਅਤੇ ਆਓ ਹੁਣ ਬਾਈ ਜੀ ਨੇ ਗੱਲਬਾਤ ਕਰੀਏ ਅੱਜ ਵਾਲੇ ਕੀ ਪ੍ਰਾਈਜ਼, ਕੀ ਮਿਲਕ ਰਿਕੋਰਡ ਆ। ਉਸ ਤੋਂ ਪਹਿਲਾਂ ਬਾਈ ਜੀ ਰਿਕੈਸਟਮ ਵੱਲੋਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸੱਲੀ ਖਰੀਦੋ, ਨਾਲੇ ਵੀਡੀਓ ਬਾਤ ਅਸੀਂ ਕਰਦਿਆ ਕਰੋ। ਚਲੋ ਗਾਹ ਵੀ ਕਬੀਰ ਦਾ ਫਾਇਦਾ ਸਕੇ, ਹੁਣ ਆਪਾਂ ਬਾਈ ਜੀ ਹੋਣੇ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਬਾਈ ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਜੀ ਕਿੱਦਾਂ? ਵਧੀਆ ਵਧੀਆ, ਪਰਮਾਤਮਾ ਕਿਰਪਾ ਜੀ। ਕਿਵੇਂ ਚੱਲ ਰਿਹਾ ਜੀ ਕੰਮ? ਠੀਕ ਠਾਕ ਭਾਜੀ, ਬਹੁਤ ਵਧੀਆ ਜੀ। ਮੌਜਾਂ ਲੱਗੀਆਂ? ਹਾਂਜੀ ਭਾਜੀ, ਮੌਜਾਂ ਲੱਗੀਆਂ। ਤੁਸੀਂ 2-3 ਵਾਰ ਤੁਹਾਨੂੰ ਫੋਨ ਕੀਤਾ, ਆਏ ਨਹੀਂ, ਫਿਰ ਮੱਝਾਂ ਇੱਦਾਂ ਹੀ ਵਿਕ ਜਾਂਦੀਆਂ ਰਹੀਆਂ। ਚਲੋ ਚਲੋ ਚਲੋ, ਹਾਂਜੀ ਵਾਹ ਵਾਹ, ਇਕੱਠ ਮਾਰੀ ਬੈਠੇ ਜੀ। ਹਾਂਜੀ ਭਾਜੀ, ਮੱਝਾਂ 13-14 ਵਿੱਚੋਂ 3 ਨਗ ਨਿਕਲ ਗਏ ਜੀ। ਚਲੋ ਕੋਈ ਨਹੀਂ। ਹਾਂਜੀ ਭਾਜੀ, ਅੱਜ ਹੁਣ ਕਿੰਨੀਆਂ ਭਾਜੀ? 10 ਨਗ ਜੀ। 10 ਨਗ? ਹਾਂਜੀ ਹਾਂਜੀ, ਸਾਰੇ ਵੀ ਰੈਡੀ ਇਕੱਠੀ ਕਰੇ ਬੇਟੇ। ਹਾਂਜੀ ਹਾਂ ਹਾਂ, ਕਰੀ ਸ਼ੁਰੂ ਜੀ, ਕਰੋ ਸ਼ੁਰੂ। ਆਜੋ ਇਧਰੋਂ ਲੱਗੋ, ਨੀਲੀ ਤੋਂ ਹੀ। ਇਹ ਸੂਆ ਜੀ? ਅੱਛਾ, ਸ਼ੇਰ ਦੂਜਾ ਸੂਆ ਤੇ ਸੂਈ ਆ ਨਾ ਜੀ। ਆ ਮੈਂ ਪੁੱਛ ਪੁੱਛ ਚੱਕੋ ਲਓ ਜੀ। ਬੋਲੇ ਤੇ ਭਾਜੀ, ਬੋਲੇ ਤੇ ਹੀ ਆ। 14 ਕਿਲੋ ਨੈਟ ਤਿਆਰ ਜੇ। ਅੱਛਾ, 14 ਕਿਲੋ ਬੋਲਾ? ਆ ਵੇਖੋ, ਹਾਂ ਠੀਕ ਲਓ ਜੀ, 14 ਕਿਲੋ ਬੋਲਾ ਤਿਆਰ ਆ ਤੇ ਨੀਲੀ ਆ ਪਿਓਰ ਤੋਰੋਂ ਗਰਾਂ ਦੀ, ਐ ਗੋਡਿਆਂ ਦੇ ਨਿਸ਼ਾਨੀਆਂ ਨਾਲੇ ਬਾ ਠੀਕ ਆ। ਬੱਚਾ ਵਾ ਕਰੀ ਜਾਂਦੇ? ਕੱਟੀ ਨੀਲੀ ਆ ਗਈ, ਕਾਲੀ ਆ ਗਈ ਆ, ਠੀਕ ਆ। ਆਹ ਵੇਖੋ ਜੀ ਘਰਾਂ ਦੀ ਕੁਆਲਿਟੀ, ਦੇਖੋ ਮੈਂ ਦੇ ਮਾੜਾ ਮੂੰਹ ਮੈਂ ਦਿਖਾਓ ਜੀ, ਦਿਖਾਓ ਬਸ, ਥੱਲੇ ਕਰੋ, ਚਲੋ ਲੈ ਚਲੋ ਤੋਰੋ। ਆਹ ਵੇਖ ਨਸਲ ਵੇਖੋ ਮੈਂ ਦੇ ਘਰਾਂ ਦੀ, ਇਹ ਵੇਖੋ ਠੀਕ ਆ, ਲੈ ਚਲੋ ਉੱਥੇ। ਐ ਚੁਆਈ ਵਧੀਆ ਠੀਕ ਆ। ਹੁਣ ਆਪਣੇ 14 ਕਿਲੋ ਹੈਗਾ, 14 ਕਿਲੋ। ਚਲੋ ਬੋਲੋ ਜੀ, ਝੋਟੀ ਦਾ ਮਾਰਕੀਟ ਰੇਟ ਲੱਗਦੀ ਜੇ? ਹਾਂਜੀ, ਬਾਜ਼ਾਰ ਦੇ ਹਿਸਾਬ ਨਾਲ 1.5 ਲੱਖਦੀ ਜੇ। ਜਾਇਜ਼? ਹਾਂਜੀ। ਇਹ ਭਾਜੀ ਤੁਹਾਨੂੰ ਦੇ ਦਾਂਗੇ 1.25 ਦੀ ਦੇ ਦਾਂਗੇ। ਕਿੰਨਾ ਵਾਂ ਤਣ? ਇਹ ਭਾਜੀ 10 ਹੋਰ ਕਰ ਦਾਂਗੇ। 1.15 ਦੀ 5 ਹੋਰ ਜਾਣ ਦੋ। ਨਹੀਂ ਭਾਜੀ ਜਾਣ ਦੋ, ਜਾਣ ਦੋ, ਵੇਖੀ ਜਾਓ ਜੀ ਟਾਈਮ ਬਾਰ ਬਣੇ, ਪਰ ਮੈਂ ਚੰਗੀ ਆ ਆਵੇ। ਚੰਗੀ ਆ, ਚੰਗੀ ਆ, ਚੰਗੀ ਠੀਕ ਆ। ਬਹੁਤ ਸੋਹਣੀ ਝੋਟੀ ਆ ਜੀ, ਆ ਜਾਓ ਇੱਧਰ। ਇਹ ਜੀ ਚਾਰ ਦਾ ਸੂਈ ਆ, ਦੁੱਧ ਕਿੰਨਾ ਜੀ? ਬਾਰਾਂ ਕਿਲੋ ਦੁੱਧ ਨੈਟ ਤਿਆਰ ਆ। ਤੋਰੋ 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 ਲਓ ਜੀ, ਦੇਖੋ ਘਰਾਂ ਦੀ। ਤੇ ਬੱਚਾ ਮਗਰ ਜੀ? ਕੱਟਾ ਮਗਰ ਆ ਗਏ ਇਹਦੇ ਵੀ, ਇਹ ਵੀ ਦੇਖੋ ਘਰਾਂ ਦੀ, ਠੀਕ ਆ। ਆਜੋ ਆਜੋ ਲਿਆਓ ਲਓ, ਦੇਖੋ ਘਰਾਂ ਦੀ। ਇਹਨੂੰ ਚੌਥਾ ਦਿਨ ਸੂਈ ਬਸ, ਠੀਕ ਲੈ ਚਲ ਲੈ ਚਲੋ 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 ਆ। ਅੱਛਾ ਠੀਕ ਆ, ਬਹੁਤ ਵੱਡੀ ਝੋਟੀ ਆ ਜੀ, ਬਹੁਤ ਜ਼ਿਆਦਾ ਲੱਗਾ ਜੀ, ਬਸੀਨ ਸਾਗ ਬਹੁਤ ਜ਼ਿਆਦਾ ਭਾਜੀ। ਹਾਂਜੀ ਹਾਂਜੀ ਹਾਂਜੀ, ਚਲੋ ਠੀਕ ਆ। ਹਾਂਜੀ ਪਰ ਜੈ ਜੀ, ਜੈ ਜੀ ਭਾਜੀ, ਭਾਜੀ ਮੁੱਲ ਤੇ 1.25 ਕਰਦੇ ਆ, 1.15 ਦੇ ਦਾਂਗੇ। ਹੋਰ ਕਰ ਦੋ 5, 1 ਸੋਰਸ 1.10 ਦੀ ਦੇ ਦਾਂਗੇ, 3 ਹੋਰ 5 ਜਾਣ ਦੋ। ਚਲੋ
ਕਿ ਲੱਖ ਕਰ ਦਈਏ? ਨਹੀਂ ਪੰਜ ਭਾਜੀ, ਇੱਕ ਪੰਜ ਦੀ ਇੱਕ, ਚਲੋ ਇੱਕ ਪੰਜ ਦੀ ਜਾਣ ਦੋ, ਬਾਕੀ ਕਰਦੇ ਮੌਕੇ ਹੋਰ ਮਾਨ ਤਨ ਕਰਦੇ ਸੀ ਕੋਈ। ਹਾਂ ਚਲੋ ਉਹ ਜਾਣ ਦੋ। ਇਹ ਜੀ ਪਾਪਾ ਜੀ ਬੋਲੇ ਦੇ ਜੇ, ਇਹ ਵੀ ਬੋਲੇ ਦੇ ਆ। ਹਾਂਜੀ ਹਾਂਜੀ। ਦੁੱਧ ਕਿੰਨਾ ਹੈ ਜੀ? ਪਾਜੀ ਦੁੱਧ 11 ਕਿਲੋ ਤਿਆਰ ਜੀ, ਢਿੱਲੀ ਹੋ ਗਈ ਸੀ ਦੁੱਧ ਤੇ, ਮਤਲਬ ਕਿ ਜ਼ਿਆਦਾ ਸੀ ਪਾਜੀ, ਜ਼ਿਆਦਾ ਸੀ ਫਿਰ ਮਤਲਬ ਕਿ। ਲਓ ਜੀ ਇਹ ਵੀ ਤੋਰੋ, ਬੱਚਾ ਮਗਰ ਜੀ ਕਿੱਡਾ ਜੀ ਪਾਜੀ, ਕੱਟਾ ਜੀ। ਹਾਂ ਬੱਚੇ ਚੈੱਕ ਕਰੀ ਜਾਣੇ ਮਣਾ ਜੀ, 4 ਦਿਨ ਹੋਏ ਸੂਈ ਨੂੰ ਜੀ। ਠੀਕ ਆ, ਲਓ ਜੀ ਵੇਖੋ 4 ਦਿਨ ਹੋਏ ਸੂਈ ਨੂੰ ਤੇ ਨਾਲੇ ਕੱਦ ਵੇਖੋ ਕਿੱਡਾ ਝੋਟੀ ਦਾ। ਆ ਦੇਖੋ ਮੇਰਾ ਜੀ, ਵੇਖੋ ਵੇਖੋ, ਠੀਕ ਆ ਆਹ ਨੂੰ ਮੋੜ ਲਓ। ਠੰਡ ਹੈਗੀ ਆ, ਬਿਮਾਰ ਤੁਹਾਨੂੰ ਹੋ ਹੀ ਜਾਂਦਾ ਜੀ। ਠੀਕ ਆ ਚਲੋ ਜਾਣ ਦੋ ਤੋਰੋ। ਹਾਂਜੀ ਭਾਜੀ ਮੇਰਾ ਠੀਕ ਆ, ਬੋਲੋ ਭਾਜੀ ਮੁੱਲ ਤੇ ਇੱਕ 10 ਕਰਦੇ ਆ, ਇੱਕ 5 ਦੇ ਦਾਂਗੇ ਲੱਖ ਦੀ। ਚਲੋ ਭਾਈ ਜਾਣ ਦੋ, ਲਾ ਦੋ ਹੋਰ। ਨਹੀਂ ਭਾਜੀ ਜਾਣ ਦੋ, ਜਾਂ 98 ਜਾਂ ਦੋ ਭਾਈ। ਆ ਨਵਾਂ ਮਾਲ ਲਿਆਓ ਭਾਈ, ਭਾਈ ਲੱਗਾ ਉਹਦੇ ਕਰਕੇ ਵੱਲ ਪਾ ਲੱਗਾ ਨਹੀਂ, ਮੱਜ ਬਹੁਤ ਜ਼ਿਆਦਾ ਆਈ। ਨਵਾਂ ਮਾਲ ਲਿਆਓ ਭਾਜੀ ਨਵਾਂ। ਆ ਇਹ ਗੱਪਣ ਝੋਟੀ ਜੇ, ਅਸੀਂ ਗੱਪਣਾ ਆਈਸੀ ਟਰੱਕ ਇਹ ਦੁੱਧ ਕਿੰਨਾ ਕਰੂ ਭਾਜੀ? ਭਾਜੀ ਦੁੱਧ ਕਦੋਂ 16 17 ਕਿਲੋ 15 ਕਿਲੋ ਪਹਿਲਾਂ ਨਹੀਂ ਤਾਂ ਦੂਜੇ ਸੂਏ ਦੇ। ਅੱਛਾ ਦੂਜਾ ਸੂਆ। ਹਾਂਜੀ ਹਾਂਜੀ। ਲਓ ਜੀ ਪਿਓਰ ਮੋਹਰਾ ਵਿੱਚ ਵੇਖੋ, ਲੇਵਾ ਕਰ ਅੱਗਾ ਅੱਗਾ ਪਿੱਛਾ ਪੂਰਾ ਬਰੋਬਰ। ਹਾਂ ਆ ਦੇਖੋ ਫਿਰ ਦੀ ਬਿਲਕੁਲ ਬਿਲਕੁਲ ਭਾਜੀ ਬਿਲਕੁਲ, ਆ ਦੇਖੋ ਫਿਰ ਦੀ ਨਹੀਂ ਚੰਗਾ ਲੇਵਾ ਜੀ, ਲੈ ਜਾਓ ਟਾਈਮ ਭਾਜੀ ਅਜੇ। ਹਾਂ ਭਾਜੀ ਟਾਈਮ ਲੈ ਜਾਓ, ਦੋ ਕੁ ਦਿਨ ਤੱਕ ਸੁੱਕੇ ਗਏ। ਬੋਲੋ ਭਾਜੀ ਫਿਰ ਭਾਜੀ, ਇੱਦਾਂ ਮੈਂ ਤੁਹਾਨੂੰ ਡੇਢ ਲੱਖ ਦੀ ਮਿਲਦੀ ਹੈ। ਹਾਂਜੀ ਪਾਪਾ ਪਰ ਤਾਂ ਸਰ ਮੋਲ ਜਾਇਆ ਜੈ ਜੀ ਕਰਨਾ ਆਪਾਂ, ਮੋਲ ਤੇ 1.35 ਕਰਦੇ ਆ। ਹਾਂਜੀ 1.30 ਦੀ ਦੇ ਦਾਂਗੇ, 5 ਹੋਰ ਕਰਦੇ ਆ ਭਾਜੀ, 1.25 ਦੀ 1.20 ਦੀ ਜਾਣ ਦੋ ਭਾਜੀ, ਗੱਲ ਨਵੇੜੋ ਭਾਜੀ। ਵੇਖੋ ਮੱਜ ਕਿਦਾਂ ਦੀ ਨਹੀਂ ਹੈ ਰਬ ਜੈ ਜੈ ਦੁੱਧ ਵਾਲੀ ਝੋਟੀ ਜੀ ਦੇਖ। ਹਾਂ ਨਹੀਂ ਉਹਦਾ ਗੱਲ ਸਹੀ ਹੈ ਜੀ, ਹਾਂ ਹੈ ਰਬ ਬਹੁਤ ਚੰਗੀ ਆ। ਹਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਚੰਗੀ ਚੰਗੀ ਮੈਂ। ਹਾਂਜੀ ਹਾਂਜੀ ਉਧਰ ਗਾਂ ਵਾਲੇ ਪਾਸੇ ਆ ਜਾਓ, ਸੂਈ ਹੈ ਜੀ। ਹਾਂਜੀ ਭਾਜੀ ਗਾਂ ਸਿੱਗੀ ਗਾਂ ਜੀ ਭਾਜੀ, 6 ਦੰਦ। ਇਹਨੂੰ ਕਿੰਨਾ ਟਾਈਮ ਹੋ ਗਿਆ? ਰਾਤ ਸੂਈ ਹੈ ਜੀ। ਅੱਛਾ ਰਾਤ ਹੀ ਸੂਈ ਆ ਜੀ, ਮਗਰ ਵੱਸੀ ਦਿੱਤੀ ਜੀ, ਜ਼ਹਿਰ ਹਜੇ ਪਈ ਨਹੀਂ ਹਨਾ ਜੀ, ਜ਼ਹਿਰ ਪਈ ਨਹੀਂ ਹਜੇ। ਲਓ ਜੀ ਵੇਖੋ ਵੈੜ ਵੇਖੋ ਕਿੱਡੀ ਆ, ਵੈੜ ਕੋ ਭਾਜੀ ਵੇਖੋ 6 ਦੰਦ ਜੇ, 6 ਦੰਦ ਤੇ ਦੇਖੋ ਕਰਾਂ ਜੀ। ਇਹਨੇ ਭਾਜੀ 28 ਕਿਲੋ ਦੁੱਧ ਭਰਿਆ, 28 ਕਿਲੋ। ਹਾਂਜੀ ਹਾਂਜੀ ਤੋਰੋ ਲੰਮੀ, 28 ਕਿਲੋ ਪਹਿਲਾਂ ਦਾ ਰਿਕਾਰਡ ਦਾ ਦੁੱਧ ਤੇ ਦੂਜਾ ਸੂਈ ਹੈ ਵੱਛੀ ਮਗਰ ਆ ਗਈ ਨਾਲੇ। ਨਹੀਂ ਬਹੁਤ ਵੱਡੀ ਹੈ ਜੀ, ਨਹੀਂ 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 ਚੰਗੀ ਚੰਗੀ ਠੀਕ ਆ। ਹਾਂਜੀ ਫਿਰ ਭਾਜੀ ਮੁੱਲ ਤੇ 90,000 ਕਰਦੇ ਆ, 85 ਦੀ ਦੇ ਦਾਂਗੇ। 80 ਚਲੋ ਭਾਜੀ 80 ਦੇ ਜਾਂ ਦੋ। ਚਲੋ ਠੀਕ ਆ ਕੱਢੋ ਨੀਲੀ ਕਰਾ ਦੇ। ਆ ਵੇਖੋ ਭਾਜੀ ਕਿੱਦਾਂ ਦੀ ਗਾਂ ਨੀਲੀ ਗੱਬਾਂ ਜੇ ਭਾਜੀ, ਆ ਗਈ ਸੰਗਰੂਰ ਬਾਡੇ ਬਲਾਡੇ ਵਾਲੇ ਜਾਨ ਭਾਜੀ। 14 ਕਿਲੋ ਪਹਿਲਾਂ ਦੁੱਧ ਕੱਢਿਆ ਜੀ। ਅੱਛਾ ਲਓ ਜੀ 15-16 ਕਿਲੋ ਦੁੱਧ ਭਾਜੀ ਭਰੇ, ਚੈੱਕ ਲੈ ਟਾਈਮ ਸੇ ਕਰੇ ਪਿਓਰ ਨੀਲੀ ਨਾਲੇ, ਨਿਸ਼ਾਨੇ ਤੇ ਕਮੀ ਨਹੀਂ ਕਿਸੇ ਚੀਜ਼ ਦੀ, ਇਹਨੂੰ ਕੋਈ ਕਿਸੇ ਨਿਸ਼ਾਨੇ ਹੈ ਨਹੀਂ, ਨਿਸ਼ਾਨੇ ਸਾਰੇ ਪਾਸੇ ਹੈਗੇ ਨੇ ਜੀ। ਹਾਂ ਬਾਬਾ ਜੀ ਵਾਹ, ਲੈ ਭਾਈ ਬੜਾ ਡੇਰ ਹੈ, ਵਾਕਈ ਗੱਲ ਸਹੀ ਆ। ਦੂਜਾ ਸੂਆ ਜੀ, ਹਾਂਜੀ ਦੂਜਾ ਸੂਆ ਭਾਜੀ, ਚੰਗੀ ਮੈਂ ਜੀ
ਤੁਰ ਤੁਰ ਵਾਕਈ ਗੱਲ ਸਹੀ ਆ ਚਮਕਦੀ ਬਾਜੀ ਚਮਕਦੀ ਆ ਤੇ ਬਾਜੀ ਫਿਰ ਇਹਦੀ ਕੀਮਤ ਆ ਚੰਗੀ ਮੈਂ ਕਿੰਨੇ ਟਾਈਮ ਲਓ ਜੀ ਅਜੇ ਚੰਗੀ ਆ ਚੰਗੀ ਆ ਜੀ ਮੈਂ ਗੱਬਣ ਅਜੇ ਵੀ ਗੱਬਣ ਆ ਦੂਜਾ ਸੂਆ ਗੱਬਣ ਆਹ ਦੁਕਰਾਂ ਦੇ ਬਸ ਠੀਕ ਆ ਚੱਲਣ ਤੋਂ ਲੈ ਕੇ ਤੋਰੋ ਬਹੁਤ ਬਹੁਤ ਚੰਗਾ ਜੀ ਇਹ ਵੀ ਚੰਗਾ ਤੁਸੀਂ ਕਰੂਗੇ ਹੈ ਨਾ ਆ ਜਾਓ ਜੀ ਹਾਂਜੀ ਭਾਜੀ ਹਾਂਜੀ ਪਚਾਸੀ ਹੋਰ ਕਰ ਦੀ 80 ਜਾਣ ਤੋਂ ਬਾਅਦ ਵੇਖੀ ਜਾਊ ਪਰ ਹਾਂ ਨਹੀਂ ਠੀਕ ਆ ਸ਼ੋਰ ਛੱਪਾ ਹੀ ਕਰਨਾ ਬਾਅਦ ਚਲੋ ਠੀਕ ਆ ਭਾਜੀ ਠੀਕ ਆ ਆਹ ਵੀ ਗੱਬਣਾ ਗੱਬਣ ਸੂਈ ਚਾਰ ਦੰਦ ਪਹਿਲਾ ਸੂਆ ਝੋਟੀ ਸੂਈ ਕੱਟੀ ਮਗਰ ਨਾਲੇ ਇਹ ਵੇਖੋ 8 ਕਿਲੋ ਦੁੱਧ ਹਾਂ ਤਾਂ ਬਾਈ ਕਮਾਲ ਹੀ ਕੀਤੀ ਅੱਜ ਖਾਲੀ ਹੱਥ ਨਾ ਮੁੰਡਾ ਜੇ ਕੋਈ ਹਾਂ ਬਾਈ ਜ਼ਬਰਦਸਤ ਪੂਰੀ ਨਹੀਂ ਨਹੀਂ ਬਹੁਤ ਚੰਗੀ ਝੋਟੀ ਹੈ ਜੀ ਪੂਰੀ ਜ਼ਬਰਦਸਤ ਝੋਟੀ ਆਹ ਦੇਖੋ ਕੱਟੀ ਕੱਟਾ ਕੱਟੀ ਡਬਲ ਫਾਇਦਾ ਆਹ ਦੋ ਜੀ ਗਿਫਟੀ ਜੀ ਕਿੰਨਾ ਜੀ ਮੁੱਲ ਸਾਰਾ ਇਹਦਾ 90 ਜੈਡ ਬਲੈਕ ਕਾਲੀ ਸ਼ਾ ਤੋਰੋ ਜੀ ਨੂੰ ਵੀ ਕੱਟੀ ਮਗਰ ਕੱਟਾ ਵਾ ਐਂ ਤੁਰੰਤ ਨੂੰ ਵੇਖੋ ਵੱਡੀ ਝੋਟੀ ਦੋ ਦਾਨ ਝੋਟੀ ਤੇ ਵੱਡੀ ਨਾਲੇ ਆ ਜਿਹੜਾ ਸਿੰਗੀ ਸਿੰਗੀ ਵੇਖੋ ਨਾਲੇ ਜੈਡ ਬਲੈਕ ਦੇਖੋ ਠੀਕ ਆ ਆਜੋ ਲਿਆਓ ਤੇ ਭਾਜੀ ਫਿਰ ਇਹਦੀ ਕੀਮਤ ਆ ਭਾਜੀ ਮੁੱਲ ਤੇ 1-25 ਕਰਦੇ ਜੀ 1-20 ਦੇ ਦਾਂਗੇ ਮਹੀਨਾ ਹੀ ਰੱਖੋ ਚਲੋ ਮਹੀਨਾ ਰੱਖੋ 8 ਕਿਲੋ ਦੁੱਧ ਤਿਆਰ ਆ ਜੀ ਇਹ ਵੀ ਤੋਰੋ ਬਸ ਚਾਰ ਦਾ ਝੋਟੀ ਨਾਲੇ ਲਾਸਟ ਪੀਸ ਹੀ ਆ ਬਸ ਗਿਫਟ ਹੀ ਜਾਣ ਦੋ ਫਿਰ ਜਾਣ ਦੋ 50,000 ਜਾਣ ਦੋ ਚਲੋ ਦੱਸੋ ਭਾਈ ਜੀ ਫਿਰ ਗਿਫਟ ਹੀ ਜਾਣ ਦੋ ਹਾਂਜੀ ਭਾਜੀ ਦੇ ਦਾਂਗੇ
80,000 ਦੀ 75 ਦੀ ਦੇ ਦਾਂਗੇ। 4,000 ਦੋ ਰਮਾਨ ਤੋਂ ਮੰਗਾ। ਨਹੀਂ 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 70 ਦੀ ਦੇ ਦਾਂਗੇ। 70 ਦੀ ਪੂਰੇ 65 ਦੀ ਜਾਨ ਦੋ। ਨਹੀਂ ਨਹੀਂ ਮਾਰੇ ਦੀ ਦੇ ਦਾਂਗੇ। ਨਹੀਂ 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 70 ਤੋਂ ਦੋ ਛੱਡ ਦੋ ਬਸ। ਜਾਨ ਦੋ ਕੁਛ ਨਹੀਂ ਕਹਿ ਮਹੀਨਾ 70 ਦੀ ਭਾਜੀ ਕਹੋ ਜਿੱਦਾਂ ਝੋਟੀ ਕਿੱਦਾਂ ਦੀ ਵੇਖੋ ਬੋਲ ਵੀ ਨਹੀਂ ਭਾਜੀ ਕਹੋ ਘਰ ਵੀ ਪਾ ਲਈਏ ਤਾਂ ਵੀ ਲੱਖ ਦੀ ਝੋਟੀ ਪੈਂਦੀ ਜੇ। ਚਲੋ ਕੋਈ ਨਹੀਂ ਕਿੱਦਾਂ ਦੀ ਝੋਟੀ 70 ਦੀ ਕਰਦੇ ਹੋਰ ਮੁਕਰਮਾਨ ਮਾਨਦਾਨ ਕੇਸ ਦਾ। ਜੇ ਕੋਈ ਰੇਟ ਵੇਖੋ ਭਾਈ ਬਹੁਤ ਸੋਹਣਾ ਰੇਟ ਕੀਤਾ ਪਰ ਇੱਥੇ ਜਦੋਂ ਮਰਜ਼ੀ ਆਓ 5-10 ਝੋਟੀਆਂ ਮਿਲਣਗੀਆਂ ਤੁਹਾਨੂੰ ਠੀਕ ਹੈ ਚੰਗੀ ਕੁਆਲਿਟੀ ਪਸ਼ੂ ਪਰ ਮੇਰਾ ਵੀ ਚੁਆਈ ਕਰਕੇ ਚੈੱਕ ਕਰਕੇ ਪਾਸ ਕਰੇਗਾ ਹਨਾ ਜੀ ਆ ਰਹੀ ਪੂਰੀ ਤਸੱਲੀ ਨਾਲ। ਹਾਂਜੀ ਭਾਜੀ ਗਏ ਨਹੀਂ ਕੋਈ ਦੁੱਧ ਦਾ ਝੂਠ ਵਾਲਾ। ਬਿਲਕੁਲ ਜੀ ਬਿਲਕੁਲ 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 ਮਤਲਬ ਕਿ ਸਦਾ ਬਾਰ ਕੰਮ ਕਰਦਾ ਸਦਾ ਬਾਰ ਕੰਮ ਕਰਦਾ ਭਾਜੀ ਬਸ ਬੋਲੋ ਨੰਬਰ 9108 82598 ਪਿੰਡ ਬਹਾਦਰਪੁਰ ਜ਼ਿਲ੍ਹਾ ਗੁਰਦਾਸਪੁਰ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ।